ਬਹੁਤ ਸੋਹਣਾ ਪਿੰਡ ਹੈ ਜੀ ਇਹ, ਆਲੇ ਦੁਆਲੇ ਸ਼ਿਵਾਲਿਕ ਪਹਾੜੀਆਂ ਔਰ ਨਜ਼ਾਰਾ ਇਸ ਪਿੰਡ ਦਾ ਦੇਖਦਿਆਂ ਹੀ ਬਣਦਾ ਜੀ। ਆਹ ਦੇਖੋ ਕੁਛ ਬੰਦੇ ਬੈਠੇ ਸਾਡੇ ਨਾਲ ਇਸ ਪਿੰਡ ਦੇ, ਔਰ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਕਿੰਨਾ ਕੁ ਦੌਰ ਬਦਲ ਗਿਆ? ਹੁਣ ਤਾਂ ਬਹੁਤ ਬਦਲ ਗਿਆ ਜੀ ਪਹਿਲਾਂ ਨਾਲੋਂ। ਕਿਆ ਵੱਡਾ ਬਦਲਾਅ ਦੇਖਦੇ ਪੰਜਾਬ 'ਚ ਤੁਸੀਂ? ਪੰਜਾਬ 'ਚ ਪਿੰਡ 'ਚ ਦੇਖੋ ਜੀ, ਪਹਿਲਾਂ ਪਿੰਡਾਂ 'ਚ ਬੁੜੀਆਂ ਤੜਕੇ ਉੱਠ ਕੇ ਆਪਣਾ ਦੁੱਧ ਰਿੜਕਦੀਆਂ, ਬਧਾਣੀਆਂ ਰਿੜਕਦੀਆਂ ਹੁੰਦੀਆਂ, ਚੱਕੀਆਂ ਪੀਂਦੀਆਂ ਹੁੰਦੀਆਂ ਤੀਆਂ ਜੀ। ਹਾਂਜੀ, ਉਹ ਵੱਖਰਾ ਨਜ਼ਾਰਾ ਤਾ ਜੀ। ਅੱਛਾ, ਆਉਣ ਜਿੱਦਣ ਦੇ ਸਾਡੇ ਫੋਨ ਲੱਗੇ ਆਪਣੇ ਆਪਣੇ ਕੰਨਾਂ ਨੂੰ ਲਾ ਕੇ ਫਿਰੀ ਜਾਂਦੇ। ਅੱਛਾ ਅੱਛਾ ਅੱਛਾ, ਜਿੱਦਣ ਦੇ ਫੋਨ ਲੱਗੇ ਆਪਣੇ ਆਪਣੇ ਕੰਨਾਂ ਨੂੰ ਲਾ ਕੇ ਫਿਰੀ ਜਾਂਦੇ ਆ। ਗੁੱਲੀ ਡੰਡਾ ਹੈ, ਗੁੱਲੀ ਡੰਡਾ ਖੇਲਦੇ ਹੁੰਦੇ ਤੇ ਜੀ। ਉਹ ਕਮਾਲ ਦੀ ਗੱਲ ਕਰਤੀ, ਮੇਰੇ ਦਿਲ ਦੀ ਗੱਲ ਕਰਤੀ ਤੁਸੀਂ। ਮੈਂ ਸੋਚਿਆ ਸੀ ਵੀ ਇਹੀ ਗੱਲ ਪੁੱਛਣੀ ਹੈ, ਤੁਸੀਂ ਜਵਾਬ ਸਹੀ ਦਿੱਤਾ ਜੀ। ਜਿਨ੍ਹਾਂ ਨੇ ਗੁੱਲੀ ਡੰਡਾ ਖੇਡਿਆ ਹੋਇਆ ਕਰਿਓ ਕਮੈਂਟ ਤੇ, ਗੁੱਲੀ ਡੰਡਾ ਖੇਡਣ ਦਾ ਤਰੀਕਾ ਕੀ ਹੁੰਦਾ? ਫਿਰ ਅਸੀਂ ਤੜਕੇ ਉੱਠ ਕੇ ਹਲ ਬਾਉਣਾ ਜੀ, 2 ਵਜੇ ਜੋੜ ਲੈਂਦੇ ਤੇ ਹਲ। ਕਿੰਨੇ ਵਜੇ? 2 ਵਜੇ ਰਾਤ ਨੂੰ। ਅੱਛਾ, ਰਾਤ ਨੂੰ 2 ਵਜੇ ਹਲ ਜੋੜ ਲੈਂਦੇ ਸੀ? ਹਾਂਜੀ ਹਾਂਜੀ, 10 ਵਜੇ ਅਸੀਂ ਛੱਡ ਦਿੰਦੇ ਤੇ ਜੀ ਡੰਗਰਾਂ ਨੂੰ। ਖਾਲੀ ਦੇ ਨਾਲ ਇੱਕ ਪਿੰਡ ਹੈ ਕਕੌਟ, ਔਰ ਦਿਖਾਉਂਦੇ ਤੁਹਾਨੂੰ ਇਸ ਪਿੰਡ ਦਾ ਟੋਭਾ ਦਿਖਾਉਂਦੇ ਹਾਂ। ਬਹੁਤ ਸੋਹਣਾ ਪਿੰਡ ਹੈ ਜੀ ਇਹ, ਆਲੇ ਦੁਆਲੇ ਸ਼ਿਵਾਲਿਕ ਪਹਾੜੀਆਂ ਔਰ ਨਜ਼ਾਰਾ ਇਸ ਪਿੰਡ ਦਾ ਦੇਖਦਿਆਂ ਹੀ ਬਣਦਾ ਜੀ। ਆਹ ਦੇਖੋ ਕੁਛ ਬੰਦੇ ਬੈਠੇ ਸਾਡੇ ਨਾਲ ਇਸ ਪਿੰਡ ਦੇ, ਔਰ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਟੋਭੇ ਦਾ ਸੀਨ ਬਹੁਤ ਵਧੀਆ ਅਤੇ ਨਜ਼ਾਰਾ ਜਿਹੜਾ ਦੇਖਿਆ ਹੀ ਬਣਦਾ ਜੀ, ਕਿਆ ਕਹਿਣੇ ਜੀ। ਬਾਬਾ ਜੀ ਸਤਿ ਸ਼੍ਰੀ ਅਕਾਲ, ਕਿਆ ਹਾਲ ਚਾਲ ਹੈ? ਬਸ ਠੀਕ ਆ ਜੀ, ਠੀਕ ਆ ਜੀ। ਸਿਹਤਾਂ ਠੀਕ ਆ? ਕਾਇਮ ਹੈ। ਉਮਰ ਕਿੰਨੀ ਹੋਊਗੀ? 70 ਨੂੰ ਜਾਣੇ ਹੋਏ। 70 ਨੂੰ ਜਾਣ ਵਾਲੇ ਹੈ? ਕਹੀ ਕੋਈ ਚੱਕੀ ਵੀ ਪੂਰੀ ਫਿਰ ਹੈ? ਨਹੀਂ ਹੋਏ ਹੈ। ਹਾਂ, ਚੱਲਦਾ ਕੰਮ ਫਿਰ ਪੂਰਾ? ਅੱਠੋ ਅੱਠ। ਹਾਂ, ਅੱਠੋ ਅੱਠ ਹੈ ਜੀ। ਆਹ ਦੇਖੋ ਅੱਠੋ ਅੱਠ ਕੰਮ ਚੱਲਦਾ ਜੀ, ਔਰ 70 ਸਾਲ ਦੀ ਉਮਰ ਹੈ। ਕਹਿੰਦੇ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਏਦਾਂ ਜੀ। ਬਾਬੇ ਦੇਖੋ ਪੂਰਾ ਚਮਾਸਾ, ਗਰਮੀ ਲੱਗੀ ਹੋਈ ਹੈ ਬਹੁਤ ਜ਼ਬਰਦਸਤ, ਪਰ ਇਹ ਪੂਰਾ ਕੰਮ ਕਰਦੇ ਹੈ ਬਾਬਾ ਜੀ। ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਚਲਾਉਂਦੇ ਹੈ ਜੀ? ਹਾਂਜੀ ਹਾਂ। ਪਿੰਡ ਕਿਹੜਾ ਤੁਹਾਡਾ? ਕੌਕ। ਇਹੀ ਪਿੰਡ ਹੈ ਤੁਹਾਡਾ? ਕੌਣ ਹੈ ਪਿੰਡ? ਆਹੀ ਆਹੀ ਆਹੀ। ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਦੱਸਿਓ ਜਰਾ। ਗਾਹਾਂ ਵਾਜਰੀ, ਗਾਹ ਵੀ ਉੱਕੇ ਉਹਦਾ ਜੋਰ ਪਰ ਜੋ ਕਈਆਂ ਇਕੱਠੇ ਹੁੰਦੇ, ਨਾਲ ਨਾਲ ਇਕੱਠੇ ਹੁੰਦੇ ਆ ਜੀ। ਹਾਂ, ਵਾਜਰੀ ਗਾਹਾਂ ਗਾਹ ਵੀ ਜੀ। ਵਾਹ ਜੀ ਵਾਹ, ਠੀਕ ਹੈ। ਇਹ ਬਾਬਾ ਜੀ ਪੂਰੇ ਕਾਇਮ ਹੈ ਜੀ? ਹਾਂ, ਕਾਇਮ ਹੈ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਜਸਵੀਰ ਸਿੰਘ ਹੈ ਜੀ। ਆ ਦੇਖੋ ਜੀ, ਨਜ਼ਾਰਾ ਦਿਖਾਉਂਦੇ ਤੁਹਾਨੂੰ ਆ ਟੋਭਾ ਜੀ। ਇਸ ਤਰ੍ਹਾਂ ਦੇ ਟੋਭੇ ਕਿਤੇ ਵੇਖਣ ਨੂੰ ਮਿਲਦੇ ਆ ਜੀ, ਪੰਜਾਬ ਦੇ ਬਹੁਤ ਘੱਟ ਪਿੰਡਾਂ ਦੇ ਵਿੱਚ ਅਜਿਹੇ ਟੋਭੇ ਮਿਲਦੇ ਆ। ਔਰ ਜੇਕਰ ਤੁਹਾਡੇ ਪਿੰਡ 'ਚ ਵੀ ਕੋਈ ਟੋਭਾ ਹੈਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਟੋਭੇ ਦੀਆਂ ਫੋਟੋਆਂ, ਤਸਵੀਰਾਂ ਜਿਹੜੀਆਂ ਖਿੱਚ ਕੇ ਪਾਇਓ ਜੀ। ਟੋਭਿਆਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਔਰ ਹਰ ਤਰ੍ਹਾਂ ਦਾ ਪੰਛੀ ਇਸ ਟੋਭੇ ਦੇ ਆਲੇ ਦੁਆਲੇ ਘੁੰਮਦਾ ਉੱਡਦਾ ਫਿਰਦਾ ਜੀ। ਆਹ ਹੈ ਨਜ਼ਾਰਾ ਪਿੰਡਾਂ ਦਾ, ਪੰਜਾਬ ਦੇ ਪਿੰਡਾਂ ਦਾ ਅਸਲੀ ਵਸੇਬ ਹੈ ਜਿਹੜਾ ਤੁਹਾਨੂੰ ਦਿਖਾ ਰਿਹਾ। ਬਾਬਾ ਜੀ ਕੀ ਨਾਂ ਜੀ ਤੁਹਾਡਾ ਜੀ? ਮੇਵਾ ਸਿੰਘ ਜੀ। ਮੇਵਾ ਸਿੰਘ ਜੀ, ਬਹੁਤ ਵਧੀਆ ਪਿੰਡ ਹੈ ਤੁਹਾਡਾ ਤਾਂ? ਹਾਂਜੀ, ਬਹੁਤ ਵਧੀਆ ਪਿੰਡ ਹੈ ਸਾਡਾ। ਕਾਇਮ ਹੈ ਪੂਰਾ ਹੈ ਜੀ? ਹਾਂਜੀ ਹਾਂਜੀ। ਮੋਰ ਮੂਰ ਪੂਰੇ ਆਉਂਦੇ ਹੁਣ ਇੱਥੇ? ਮੋਰ, ਜੰਗਲੀ ਜਾਨਵਰ ਪੂਰੇ ਆਉਂਦੇ ਜੀ। ਅੱਛਾ, ਕਿਹੜੇ ਕਿਹੜੇ ਜੰਗਲੀ ਜਾਨਵਰ ਆਉਂਦੇ? 12 ਸਿੰਘ ਹੋਏ ਜੀ, ਸੂਰ ਹੈਗੇ। ਅੱਛਾ ਹਾਂਜੀ। ਤਾਂ ਸਵੇਰੇ ਫਿਰ ਪੂਰੀਆਂ ਆਵਾਜ਼ਾਂ ਸ਼ਾਮ ਤੱਕ ਸੁਣਦੀਆਂ ਹੋਣਗੀਆਂ ਜੀ। ਮੱਕੀਆਂ 'ਚ ਬਹੁਤ ਰਾਤ ਨੂੰ ਸੂਰ ਆਉਂਦੇ ਜੀ, ਲੋਕੀ ਆਵਾਜ਼ਾਂ ਬੜੀ ਉੱਚੀ ਉੱਚੀ ਤੇ ਮਾਰਦੇ। ਫਸਲਾਂ ਦੀ ਪ੍ਰੋਬਲਮ ਵੀ ਕਰਦੇ ਹੋਣਗੇ, ਸਮੱਸਿਆ ਵੀ ਕਰਦੇ ਆ? ਹਾਂ, ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਜੀ ਜਾਨਵਰ ਜੰਗਲੀ, ਸੂਰ ਹੋਏ, ਮੱਕੀ ਤੋੜ ਜਾਂਦੇ ਜੀ। ਅੱਛਾ, ਹਾਂਜੀ। ਪੁਰਾਣਾ ਵਸੇਬ ਜਿਹੜਾ ਹੈ ਸਾਰਾ ਦੇਖਿਆ ਹੋਇਆ? ਹਾਂਜੀ ਹਾਂਜੀ। ਚਰਖੇ ਚੱਲਦੇ ਦੇਖੇ? ਹਾਂਜੀ, ਚਰਖੇ ਚੱਲਦੇ, ਚੱਕੀਆਂ ਪੀਂਦੀਆਂ ਦੇਖੇ ਜੀ। ਅੱਛਾ ਹਾਂਜੀ। ਕਿੰਨਾ ਕੁ ਦੌਰ ਬਦਲ ਗਿਆ? ਹੁਣ ਤਾਂ ਬਹੁਤ ਬਦਲ ਗਿਆ ਜੀ ਪਹਿਲਾਂ ਨਾਲੋਂ। ਕਿਆ ਵੱਡਾ ਬਦਲਾਅ ਦੇਖਦੇ ਪੰਜਾਬ 'ਚ ਤੁਸੀਂ? ਪੰਜਾਬ 'ਚ ਪਿੰਡ 'ਚ ਦੇਖੋ ਜੀ, ਪਹਿਲਾਂ ਪਿੰਡਾਂ 'ਚ ਬੁੜੀਆਂ ਤੜਕੇ ਉੱਠ ਕੇ ਆਪਣਾ ਦੁੱਧ ਰਿੜਕਦੀਆਂ, ਬਧਾਣੀਆਂ ਰਿੜਕਦੀਆਂ ਹੁੰਦੀਆਂ, ਚੱਕੀਆਂ ਪੀਂਦੀਆਂ ਹੁੰਦੀਆਂ ਤੀਆਂ ਜੀ। ਹਾਂਜੀ, ਉਹ ਵੱਖਰਾ ਨਜ਼ਾਰਾ ਤਾ ਜੀ। ਅੱਛਾ, ਦੇਖਣ ਦਾ ਜਿਹੜਾ ਹੁਣ ਦਾ ਮਾਹੌਲ ਹੈ ਜੀ, ਹੁਣ ਥੋੜ੍ਹਾ ਜਿਹਾ ਤੁਹਾਨੂੰ ਪਤਾ ਜੀ,
ਸਾਰਾ ਰੈਡੀਮੇਡ ਕੰਮ ਚੱਲ ਪਏ। ਰੈਡੀਮੇਡ ਕੰਮ ਚੱਲ ਪਏ ਹਾਂਜੀ। ਹੁਣ ਤੁਹਾਨੂੰ ਪਤਾ ਜਨਾਨੀਆਂ ਕੰਮ ਕਰਨਾ ਛੱਡ ਗਈਆਂ ਜੀ। ਜਨਾਨੀਆਂ ਕੰਮ ਕਰਨਾ ਛੱਡ ਗਈਆਂ ਜੀ ਹਾਂਜੀ। ਬੰਦੇ ਵੀ ਤਾਂ ਛੱਡ ਗਏ। ਬੰਦੇ ਵੀ ਆਏ, ਚਲੋ ਬੰਦੇ ਕਰਦੇ ਜੀ ਕੰਮ। ਬੰਦੇ ਕਰਦੇ ਨਹੀਂ, ਬੰਦੇ ਕੰਮ ਕਰਦੇ ਜੀ, ਹਾਰਡ ਵਰਕ ਕਰਦੇ ਜੀ ਬੰਦੇ। ਤਾਂ ਰਸੋਈ ਦਾ ਸਿਸਟਮ ਬਦਲ ਗਿਆ ਸਾਰਾ। ਹਾਂਜੀ ਹਾਂਜੀ ਹਾਂਜੀ, ਰਸੋਈ ਦਾ ਹੁਣ ਤਾਂ ਸਾਰਾ ਬਦਲ ਗਿਆ ਜੀ ਢਾਂਚਾ। ਹੁਣ ਤਾਂ ਸਾਰਾ ਪੂਰਾ ਉਹੀ ਚੱਲ ਪਿਆ ਜੀ, ਮੈਡੀਕਲ ਵੀ। ਚਲੋ ਆਓ ਅਤੇ ਖਾਓ। ਪਹਿਲਾਂ ਜਨਾਨੀਆਂ ਆਪ ਕੰਮ ਕਰਦੀਆਂ ਤੇ ਹੱਥੀਂ ਰੋਟੀ ਪਕਾਉਂਦੇ, ਚੁੱਲ੍ਹੇ 'ਚ ਪਕਾਉਣਾ ਜੀ, ਹਾਰ 'ਚ ਦੁੱਧ ਲਾਉਣੇ ਉਹਨਾਂ ਨੇ ਹਾਂਜੀ। ਹੁਣ ਇਹ ਕੋਈ ਨਹੀਂ, ਇਹਨੂੰ ਪਤਾ ਹੀ ਨਹੀਂ ਹੈ ਜੀ ਅੱਜ ਕੱਲ੍ਹ ਦੀਆਂ ਨੂੰ। ਸਮਾਂ ਬਦਲ ਗਿਆ ਫਿਰ। ਸਮਾਂ ਬਹੁਤ ਬਦਲ ਗਿਆ ਜੀ। ਨਹੀਂ ਹੁਣ ਪਹਿਲਾਂ ਜਿਹੜਾ ਸਮਾਂ ਤਾਂ ਬਹੁਤ ਚੰਗਾ ਤੇ ਜੀ, ਹੁਣ ਵਾਲਾ ਥੋੜ੍ਹਾ ਜਿਹਾ ਉਹ ਹੈ ਜੀ, ਮਾਡਰਨ ਜ਼ਮਾਨਾ ਆ ਗਿਆ ਹੁਣ। ਮਾਡਰਨ ਜ਼ਮਾਨਾ ਆ ਗਿਆ ਹਾਂਜੀ ਹਾਂਜੀ। ਫਿਲਮਾਂ ਦੇਖੀਆਂ? ਫਿਲਮਾਂ ਦੇਖੀ ਜਾਏ। ਕਿਹੜੀ ਮਸ਼ਹੂਰ ਪੰਜਾਬੀ ਫਿਲਮ? ਪੰਜਾਬੀ ਫਿਲਮ ਅਸੀਂ ਵਰਿੰਦਰ ਦੀਆਂ ਜ਼ਿਆਦਾ ਦੇਖੀਆਂ। ਅੱਛਾ ਹਾਂਜੀ, ਵਰਿੰਦਰ ਦੀ ਕਿਹੜੀ ਫਿਲਮ ਮਸ਼ਹੂਰ ਜੀ? ਬਲਬੀਰੋ ਭਾਬੀ ਜੀ, ਰਾਣੋ ਜੀ ਜੀ ਹਾਂਜੀ, ਆਪਣਾ ਜੀ ਜੱਟ ਤੇ ਜ਼ਮੀਨ, ਜੱਟ ਤੇ ਜ਼ਮੀਨ, ਰਾਣੋ, ਬਲਬੀਰੋ ਭਾਬੀ ਹਾਂਜੀ। ਸਰਪੰਚ ਭੁੱਲ ਗਏ? ਸਰਪੰਚ ਜੀ। ਹਾਂ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਨਾਂ ਕੀ ਤੁਹਾਡਾ ਜੀ? ਜਗੀਰ ਸਿੰਘ। ਤੁਹਾਡਾ ਪਿੰਡ ਬੜਾ ਸੋਹਣਾ ਕਕੋਟ। ਹਾਂਜੀ ਵਧੀਆ ਜੀ। ਤੁਸੀਂ ਕੀ ਕਹਿੰਦੇ ਕਿ ਪੁਰਾਣੇ ਸਮੇਂ ਤੇ ਹੁਣ ਦੇ ਸਮੇਂ 'ਚ ਕਿੰਨਾ ਫਰਕ ਆਇਆ ਜੀ? ਸਮਾਂ ਹੁਣ ਦਾ ਜੀ ਬਹੁਤ ਫਰਕ ਪਿਆ ਵਿਆ। ਅੱਛਾ ਹਾਂਜੀ, ਕਿਆ ਫਰਕ ਹੈ? 90% ਦਾ ਫਰਕ ਪੈ ਗਿਆ ਜੀ। ਅੱਛਾ 90% ਦਾ ਫਰਕ ਪੈ ਗਿਆ। 100% ਪਹਿਲਾਂ ਸਮਾਂ ਠੀਕ ਤਾ ਜੀ। ਅੱਛਾ ਹਾਂਜੀ, ਹੁਣ 90% ਰਹਿ ਗਿਆ। ਪਹਿਲਾਂ ਦਾ ਸਮਾਂ ਕਿਆ ਚੰਗਾ ਤੁਹਾਨੂੰ ਲੱਗਦਾ ਸੀਗਾ? ਸਮਾਂ ਚੰਗਾ ਤਾਂ ਜੀ, ਜਿਸ ਤਰ੍ਹਾਂ ਹੁਣ ਅਸੀਂ ਉਰੇ ਬੈਠੇ ਹੈ, ਬਹੁਤ ਵਧੀਆ, ਸਾਰੇ ਪਿੰਡ ਦੇ ਨੌਜਵਾਨ ਕਿਆ ਮੁੰਡੇ ਖੁੰਡੇ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਤੇ ਆਉਣ, ਜਿੱਦਣ ਦੇ ਸਾਰੇ ਫੋਨ ਲੱਗੇ ਆਪਣੇ ਆਪਣੇ ਕੰਨਾਂ ਨੂੰ ਲਾ ਕੇ ਫਿਰੀ ਜਾਂਦੇ। ਅੱਛਾ ਅੱਛਾ ਅੱਛਾ, ਜਿੱਦਣ ਦੇ ਫੋਨ ਲੱਗੇ ਆਪਣੇ ਆਪਣੇ ਕੰਨਾਂ ਨੂੰ ਲਾ ਕੇ ਫਿਰੀ ਜਾਂਦੇ। ਹਾਂਜੀ ਹਾਂਜੀ, ਅਸੀਂ ਹਾਕਾ ਵੀ ਮਾਰੀ ਜਾਵੇ ਬੋਲ ਦੇਣੀ। ਅੱਛਾ ਹਾਕਾ ਮਾਰੀ, ਚਲੋ ਬੋਲਦੇ ਨਹੀਂ ਹੈ, ਕਹਿ ਦਿੰਦੇ ਕਾਹਨੇ ਖਾ ਲੇ, ਕਿਆ ਹੋ ਗਿਆ। ਇਹਨਾਂ ਦਾ ਕਹਿਣਾ ਜੀ ਕਿ ਬੱਚੇ ਜਿਹੜੇ ਅੱਜ ਦੀ ਜਨਰੇਸ਼ਨ ਫੋਨ ਜ਼ਿਆਦਾ ਚਲਾਉਂਦੇ ਤੇ ਗੱਲਾਂ ਘੱਟ ਕਰਦੇ ਆ ਜੀ, ਤਾਂ ਸੱਥਾਂ ਤਾਂ ਪਹਿਲਾਂ ਲੱਗਦੀਆਂ ਹੁੰਦੀਆਂ ਸੀ? ਸੱਥਾਂ ਲੱਗਦੀਆਂ ਜੀ, ਸਿਆਣੇ ਤੇ ਜਿਹੜੇ ਇੱਜ਼ਤਦਾਰ ਤੇ, ਜਿਵੇਂ ਕੋਲ 1 ਕਿਲੋ ਆਟਾ ਹੈ ਤਾਂ ਉਹ ਅਸੀਂ ਅੱਜ ਬਣਾ ਲੈਣਾ, 2 ਘਰਾਂ ਨੇ ਵੀ ਵੰਡ ਕੇ ਬਣਾ ਲੈਣਾ। ਹੁਣ ਤਾਂ ਥੋੜ੍ਹਾ ਚਾਹੇ 50 ਕਿਲੋ ਚੱਕੀ ਘਰਾਂ ਪਿਆ ਹੈ ਆਟਾ, ਤਾਂ ਵੀ ਕਹਿੰਦੇ ਹੈ ਨਹੀਂ। ਅੱਛਾ ਹਾਂ, ਹੁਣ ਦਾ ਜ਼ਮਾਨਾ ਸਾਂਝਾ ਖਤਮ ਹੋ ਗਈਆਂ। ਸਾਂਝਾ ਖਤਮ ਹੈ ਜੀ, ਸਾਂਝਾ ਖਤਮ ਹੋ ਗਿਆ। ਤੁਹਾਡਾ ਕਹਿਣ ਦਾ ਭਾਵ ਹੈ ਵੀ ਸਾਂਝਾ ਖਤਮ ਹੋ ਗਿਆ? ਹਾਂਜੀ ਹਾਂਜੀ, ਉਹ ਸਾਂਝ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀਗੀ। ਗਰੀਬੀ ਵੇਲੇ ਬਹੁਤ ਟਾਈਮ ਕੱਟਿਆ ਜੀ ਅਸੀਂ। ਅੱਛਾ, 50 ਰੁਪਏ ਦਿਹਾੜੀ ਕਰੀ ਹੈ ਜੀ। ਹੈ ਜੀ, 2 ਰੁਪਏ ਦਿਹਾੜੀ? 2 ਰੁਪਏ ਦਿਹਾੜੀ ਕਰੀ ਹੈ ਤੁਸੀਂ? 60 ਰੁਪਏ ਮਹੀਨੇ ਦੇ ਮਿਲਦੇ ਤੇ, ਸਾਰਾ ਦਿਨ ਮੈਸਾਂ ਚਾਰਨੀਆਂ ਜੱਟਾਂ ਦੀਆਂ, ਨੌਕਰੀਆਂ ਕਰੀਆਂ ਮੇਰੀਆਂ। ਬਹੁਤ ਕੰਮ ਹੁਣ ਯਾਦ ਆਉਂਦਾ ਦੇਖ ਕੇ, ਉਹ ਸਮਾਂ ਯਾਦ ਆਉਂਦਾ ਯਾਦ ਆਉਂਦਾ। ਅਸੀਂ ਆਹੀ ਚੀਜ਼ਾਂ 'ਤੇ ਵੀਡੀਓ ਬਣਾਉਂਦੇ ਹਾਂ। ਜਦੋਂ ਅਸੀਂ ਤੁਹਾਨੂੰ ਬੁਲਾਇਆ ਵੀ ਪਤਾ ਨਹੀਂ ਕਾਹ 'ਤੇ ਵੀਡੀਓ ਬਣਾਓਗੇ, ਤਾਂ ਤੁਸੀਂ ਸੋਚਿਆ ਨਹੀਂ ਸੀ ਵੀ ਆਹ ਚੀਜ਼ਾਂ ਕਰ ਰਹੇ ਸੀ? ਸਾਨੂੰ ਕਿਆ ਪਤਾ ਜੀ, ਹੁਣ ਸਾਡਾ ਚੈਨਲ ਹੈ ਬੱਲੇ ਬੱਲੇ ਫਿਲਮ ਦੇ, ਬੱਲੇ ਬੱਲੇ, ਹੁਣ ਅਸੀਂ ਬੱਲੇ ਬੱਲੇ ਕਰਨ ਲੱਗ ਜੂੰਗੇ ਜੀ। ਹਾਂ ਲਓ ਜੀ, ਆਹ ਦੇਖੋ ਜੀ, ਬੜੀ ਵਧੀਆ ਗੱਲ ਕਹੀ ਇਹਨਾਂ ਨੇ, ਕਹਿੰਦੇ ਹੁਣ ਅਸੀਂ ਬੱਲੇ ਬੱਲੇ ਕਰਾ ਦਾਂਗੇ, ਕਰਨ ਲੱਗ ਜਾਂਗੇ ਜੀ। ਆਹ ਤੁਸੀਂ ਕਰਦੇ ਰਹੋ ਕਮੈਂਟ ਜੀ, ਕਕੌਟ ਪਿੰਡ ਹੈਗਾ ਪਰਖਾਲੀ ਦਾ, ਬੜਾ ਖਾਸ ਪਿੰਡ ਹੈਗਾ, ਬੜਾ ਸੋਹਣਾ ਪਿੰਡ ਹੈ। ਆਹ ਘੁਮਾ ਕੇ ਸਾਰਾ ਸੀਨ ਦਿਖਾ ਦਿਓ ਜੀ ਆਲੇ ਦੁਆਲੇ ਜੀ। ਆਹ ਦੇਖੋ, ਤੁਹਾਨੂੰ ਸਾਰਾ ਨਜ਼ਾਰਾ ਦਿਖਾਉਂਦੇ ਹਾਂ ਪਿੰਡ ਦਾ, ਅਤੇ ਤੁਹਾਨੂੰ ਪਿੰਡ ਕਕੌਟ ਦਾ ਨਜ਼ਾਰਾ ਦਿਖਾ ਰਹੇ, ਅਤੇ ਨਾਲੇ ਇਹ ਜਿਹੜਾ ਹੈ ਗੱਲਾਂ ਬਾਤਾਂ ਵੀ ਜਾਰੀ ਹਨ ਜੀ। ਕਰਦੇ ਰਹੋ ਕਮੈਂਟ, ਵੀਡੀਓ ਸ਼ੇਅਰ ਕਰਦੇ ਰਹੋ, ਪੁਰਾਣੀਆਂ ਗੱਲਾਂ ਜਿਹੜੀਆਂ ਹੈ ਉਹਨਾਂ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਜੀ। ਕਿਆ ਹਾਲ ਚਾਲ ਹੈ ਜੀ? ਖਿਲਾਰਾਂ ਕਿਹੜੀਆਂ ਕਿਹੜੀਆਂ ਖੇਡੀਆਂ ਹੋਈਆਂ ਦੇਸੀ, ਦੱਸਿਓ ਜਰਾ ਦੇਸੀ ਖਿਲਾਰਾਂ ਦੇ ਨਾਂ ਜੀ। ਦੇਸੀ ਦੇ ਕਬੱਡੀ ਹੈ, ਖੋ ਖੋ ਹੈ,
ਏਦਾਂ ਦੀ ਚੱਲਦੀਆਂ ਤੇ ਜੀ ਪਹਿਲਾਂ ਕਬੱਡੀ ਖੋ ਖੋ ਗੁੱਲੀ ਡੰਡਾ ਗੁੱਲੀ ਡੰਡਾ ਖੇਡਦੇ ਹੁੰਦੇ ਤੇ ਜੀ ਉਹ ਕਮਾਲ ਦੀ ਗੱਲ ਕਰਤੀ ਮੇਰੇ ਦਿਲ ਦੀ ਗੱਲ ਕਰਤੀ ਤੁਸੀਂ ਮੈਂ ਸੋਚਿਆ ਸੀ ਵੀ ਇਹੀ ਗੱਲ ਪੁੱਛਣੀ ਹੈ ਤੁਸੀਂ ਜਵਾਬ ਸਹੀ ਦਿੱਤਾ ਜੀ ਜਿਨ੍ਹਾਂ ਨੇ ਗੁੱਲੀ ਡੰਡਾ ਖੇਡਿਆ ਹੋਇਆ ਕਰਿਓ ਕਮੈਂਟ ਤੇ ਗੁੱਲੀ ਡੰਡਾ ਖੇਡਣ ਦਾ ਤਰੀਕਾ ਕੀ ਹੁੰਦਾ ਸੀ ਗੁੱਲੀ ਡੰਡੇ ਦੇ ਵਿੱਚ ਵੀ ਕਈ ਪ੍ਰਕਾਰ ਦੇ ਜਿਹੜੇ ਮੈਥਡਸ ਹੁੰਦੇ ਸੀਗੇ ਕਿਸ ਤਰ੍ਹਾਂ ਖੇਡਿਆ ਜਾਂਦਾ ਜ਼ਰੂਰ ਕਮੈਂਟ ਕਰਿਓ ਤੁਹਾਡੇ ਕਮੈਂਟ ਜਿਹੜੇ ਹੈ ਪੰਜਾਬੀ ਵਿਰਸੇ ਦੇ ਵਿੱਚ ਬਹੁਤ ਵੱਡੀ ਭਾਗੀਦਾਰੀ ਹੋਏਗੀ ਜੀ ਗੁੱਲੀ ਡੰਡਾ ਖੇਡਿਆ ਹੋਇਆ ਤੁਸੀਂ ਹਾਂਜੀ ਹਾਂਜੀ ਬਹੁਤ ਖੇਡਿਆ ਜੀ ਤਾਂ ਗੁੱਲੀਆਂ ਘੜ ਕੇ ਬਣਾਉਣੀਆਂ ਹੈ ਜੀ ਹਾਂਜੀ ਕਮਾਲ ਗੁੱਲੀਆਂ ਘੜ ਕੇ ਆਪ ਬਣਾਉਣੀਆਂ ਫਿਰ ਖੇਲਣਾ ਦੋ ਦੋ ਘੰਟੇ ਲਾ ਲੈਂਦੇ ਤੇ ਵਿਹਲੇ ਹੁੰਦੇ ਤੇ ਜੀ ਦੋ ਦੋ ਘੰਟੇ ਲਾ ਲੈਂਦੇ ਦੁਪਹਿਰੇ ਨੂੰ ਵੀ ਮਾਸਟਰਾਂ ਨੂੰ ਪੂਰਾ ਸਕੂਲ ਪੜ੍ਹਦੇ ਤੇ ਜੀ ਜਦ ਵੀ ਮਾੜਾ ਮੋਟਾ ਖੇਲੀ ਜਾਂਦੇ ਤੇ ਮਾਸਟਰਾਂ ਨਾਲ ਝੜਕਾ ਝੁੜਕਾ ਮੈਂ ਖਾਏ ਤੇ ਫਿਰ ਨੱਢ ਜਾਂਦੇ ਤੇ ਲਓ ਜੀ ਕੋਈ ਸਮਾਂ ਸੀਗਾ ਕਿ ਇਹ ਗੁੱਲੀ ਡੰਡਾ ਜਿਹੜਾ ਹੈ ਇਹ ਪੰਜਾਬ ਦੀ ਇੱਕ ਬਹੁਤ ਵਧੀਆ ਖੇਡ ਹੁੰਦੀ ਸੀ ਪਿੰਡ ਪਿੰਡ ਦੇ ਵਿੱਚ ਜਿਹੜੀ ਹੈ ਹਰ ਚੁਰਾਹੇ 'ਤੇ ਹਰ ਗਲੀ ਮੁਹੱਲੇ ਦੇ ਵਿੱਚ ਖੇਡੀ ਜਾਂਦੀ ਸੀ ਗੁੱਲੀ ਡੰਡਾ ਔਰ ਤੁਸੀਂ ਜ਼ਰੂਰ ਕਮੈਂਟ ਕਰਿਓ ਗੁੱਲੀ ਡੰਡੇ ਦੀ ਖੇਡ ਅਤੇ ਖਿਡਾਰ ਬਾਰੇ ਜਿਹੜਾ ਹੈ ਤੁਹਾਡੀ ਕੋਈ ਜਾਣਕਾਰੀ ਹੈ ਜ਼ਰੂਰ ਸਾਂਝੀ ਕਰਿਓ ਹਾਂ ਜੇਕਰ ਤੁਹਾਡੀ ਕੋਈ ਤਸਵੀਰ ਹੈ ਘਰ ਦੇ ਵਿੱਚ ਬਚਪਨ ਦੀ ਅਜਿਹੀ ਜਿਸ ਦੇ ਵਿੱਚ ਤੁਸੀਂ ਗੁੱਲੀ ਡੰਡਾ ਖੇਡ ਰਹੇ ਹੋ ਜੇਕਰ ਤੁਸੀਂ ਉਸ ਨੂੰ ਅਪਲੋਡ ਕਰ ਦਿਓਗੇ ਨਾ ਜੀ ਬਣ ਜਾਏਗੀ ਗੱਲ ਜੀ ਹਲ ਵਾਹੇ ਪਹਿਲਾਂ ਹਾਂਜੀ ਵਾਹਿਆ ਅੱਛਾ ਵਾਹਿਆ ਜੀ ਆ ਪਹਿਲਾਂ ਕਿੱਦਾਂ ਦੀ ਹੁੰਦੀ ਸੀ ਖੇਤੀ ਖੇਤੀ ਬਹੁਤ ਵਧੀਆ ਹੁੰਦੀ ਸੀ ਜੀ ਕਿਆ ਵਧੀਆ ਹੁੰਦਾ ਸੀ ਵਧੀਆ ਇਹ ਹੁੰਦੀ ਸੀ ਦੇਸੀ ਖਾਦ ਪਾਉਂਦੇ ਤੇ ਖੇਤਾਂ 'ਚ ਕੋਈ ਬਿਮਾਰੀ ਨਹੀਂ ਤੀ ਲੱਗਦੀ ਕਿਸੇ ਸਰੀਰ ਨੂੰ ਨਹੀਂ ਕਿਸੇ ਬਿਮਾਰੀ ਲੱਗਦੀ ਕੋਈ ਵੀ ਫਿਰ ਅਸੀਂ ਤੜਕੇ ਉੱਠ ਕੇ ਹਲ ਵਾਹੁਣਾ ਜੀ 2 ਵਜੇ ਜੋੜ ਲੈਂਦੇ ਤੇ ਹਲ ਕਿੰਨੇ ਵਜੇ 2 ਵਜੇ ਰਾਤ ਨੂੰ ਅੱਛਾ ਰਾਤ ਨੂੰ 2 ਵਜੇ ਹਲ ਜੋੜ ਲੈਂਦੇ ਸੀ ਹਾਂਜੀ ਹਾਂਜੀ 10 ਵਜੇ ਅਸੀਂ ਛੱਡ ਦਿੰਦੇ ਤੇ ਜੀ ਡੰਗਰਾਂ ਨੂੰ ਅੱਛਾ 10 ਵਜੇ ਤੱਕ ਕੰਮ ਪੂਰਾ ਹੋ ਜਾਂਦਾ ਸੀ 10 ਵਜੇ ਤੱਕ ਅਸੀਂ ਕੰਮ ਕਰਕੇ ਖੇਤਾਂ 'ਚ ਛੱਡ ਦੇਣਾ ਡੰਗਰ ਕੰਡਾ ਖਾਣ ਵਾਸਤੇ ਬੰਨ ਦੇਣੇ ਖੁੱਲੀਆਂ 'ਤੇ ਵੀ ਉਹ ਖਾਊਂਗੇ ਫਿਰ 5 ਵਜੇ ਫਿਰ ਜੋੜ ਲੈਣਾ ਜੀ ਹਲ ਸ਼ਾਮੀ ਫਿਰ ਜੋੜ ਹਾਂਜੀ ਹਾਂਜੀ ਵਧੀਆ ਖੇਤੀ ਹੁੰਦੀ ਤੀ ਜੀ ਹੁਣ ਤਾਂ ਖੇਤੀ ਉਹ ਕੁਛ ਨਹੀਂ ਹੈ ਹਾਂਜੀ ਕਹਿੰਦੇ ਯੂਪੀ ਅਤੇ ਬਿਹਾਰ ਵਾਲਿਆਂ ਨੇ ਖੇਤੀ ਸੰਭਾਲ ਲਈ ਪੰਜਾਬ ਦੀ ਉਹ ਤਾਂ ਜੀ ਫਿਰ ਹੁਣ ਪੰਜਾਬੀ ਛੱਡ ਕੇ ਭਈਆਂ ਦੇ ਸਿਰ ਪਰ ਹੋ ਗਏ ਭਈਆਂ ਦੇ ਸਿਰ ਤੇ ਹੋ ਗਏ ਹਾਂਜੀ ਹਾਂਜੀ ਅਸੀਂ ਕਹਿੰਦੇ ਖੇਤੀ ਘਾਟੇ ਦਾ ਸੌਦਾ ਹੋ ਗਈ ਹਾਂਜੀ ਹਾਂਜੀ ਅਸੀਂ ਖੁਦ ਆਪ ਕਰਦੇ ਤੇ ਜੀ ਖੇਤੀ ਜ਼ਿਆਦਾ ਪਹਿਲਾਂ ਸਾਡੇ ਕੋਲ ਨਾ ਕੋਈ ਭਈਆ ਤਾਂ ਨਾ ਕੋਈ ਖੇਤੀ ਦਿਹਾੜੀ ਵਾਲਾ ਆਉਂਦਾ ਤਾ ਆਪ ਖੁਦ ਮਿਹਨਤ ਕਰਦੇ ਤੇ ਕਰਿਓ ਜੀ ਕਮੈਂਟ ਜੀ ਇਹ ਯੂਪੀ ਬਿਹਾਰ ਦੀ ਲੇਬਰ ਪੰਜਾਬ ਦੇ ਵਿੱਚ ਕਦੋਂ ਆਈ ਅਤੇ ਕਿਹੜੇ ਸੰਦ ਦੇ ਵਿੱਚ ਆਈ ਅਤੇ ਕਿਵੇਂ ਆਈ ਅਤੇ ਕਿਹੜੀ ਫਸਲ ਕਰਕੇ ਆਈ ਇਸ ਗੱਲ ਦੇ ਉੱਤੇ ਵੀ ਕਰਿਓ ਕਮੈਂਟ ਸਾਡੇ ਵਿਰਸੇ ਨੂੰ ਡਾਇਰੈਕਟਲੀ ਸਿੱਧੇ ਤੌਰ 'ਤੇ ਅਫੈਕਟ ਕਰਦੀ ਪ੍ਰਭਾਵਿਤ ਕਰਦੀ ਗੱਲ ਹੈ ਤੁਹਾਡੇ ਕਮੈਂਟਸ ਜਿਹੜੇ ਹੈ ਜ਼ਰੂਰ ਚਾਹੀਦੇ ਨੇ ਅਤੇ ਪੁਰਾਣੀ ਕਿਸਮ ਦੀ ਖੇਤੀ ਦੇ ਉੱਤੇ ਗੱਲਬਾਤ ਹੋਈ ਹੈ ਪਿੰਡ ਕਕੌਟ ਪਰਖਾਲੀ ਦੇ ਨਜ਼ਦੀਕ ਹੈ ਟੋਭਾ ਦਿਖਾਉਣਾ ਚਾਹੁੰਦੇ ਸੀ ਟੋਭਾ ਦਿਖਾਉਂਦੇ ਦਿਖਾਉਂਦੇ ਕੁਝ ਸ਼ਖਸੀਅਤਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਕਿੱਦਾਂ ਦਾ ਲੱਗਿਆ ਵਲੌਗ ਕਿੱਦਾਂ ਦੀ ਲੱਗੀ ਗੱਲਬਾਤ ਜ਼ਰੂਰ ਕਮੈਂਟ ਕਰਿਓ ਅਤੇ ਸਾਡੀ ਹੌਸਲਾ ਅਫਜ਼ਾਈ ਕਰਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਸ਼ੁਕਰੀਆ ਧੰਨਵਾਦ ਮਿਹਰਬਾਨੀ